ਫਿਲਮਾਂ ਇਹੋ ਜਿਹੀਆਂ ਹੁੰਦੀਆਂ ਨੇ ਜੋ ਆਪਣੇ ਕਨਸੈਪਟ ਦੇ ਨਾਲ ਆਪਣੀ ਇੱਕ ਅਲੱਗ ਪਹਿਚਾਨ ਬਣਾ ਜਾਂਦੀਆਂ ਨੇ ਤੇ ਕੁਝ ਕਿਰਦਾਰ ਇਹੋ ਜਿਹੇ ਹੁੰਦੇ ਨੇ ਜੋ ਦਰਸ਼ਕਾਂ ਦੇ ਦਿਲਾਂ ਵਿੱਚ ਅਜਿਹੀ ਛਾਪ ਛੱਡਦੇ ਨੇ ਕਿ ਉਹ ਹਮੇਸ਼ਾ ਲਈ ਉਹਨਾਂ ਦੇ ਦਿਲਾਂ ਵਿੱਚ ਘਰ ਕਰ ਜਾਂਦੇ ਨੇ ਇਹੋ ਜਿਹਾ ਹੀ ਇੱਕ ਕਿਰਦਾਰ ਨਿਭਾਉਂਦੇ ਹੋਏ ਤੁਸੀਂ ਦੇਖਣ ਵਾਲੇ ਹੋ ਦ ਵੈਰੀ ਬਿਊਟੀਫੁਲ ਐਂਡ ਟੈਲੈਂਟਡ ਐਕਟ੍ਰੈਸ ਸ਼ਰਨ ਕੌਰ ਨੂੰ ਇਨ ਹਰ ਅਪਕਮਿੰਗ ਫਿਲਮ ਚਿੜੀਆਂ ਦਾ ਚੰਬਾ ਪੰਜਾਬੀ ਫਿਲਮ ਦੇਖ ਰਹੇ ਹੋ ਤੁਸੀਂ ਸਿਮਰਨ ਦੀ ਸਾਈਡ ਇੱਥੇ ਮੈਂ ਜ਼ਿਕਰ ਕਰਨ ਜਾ ਰਹੀ ਹਾਂ ਪੰਜਾਬੀ ਇੰਡਸਟਰੀ ਦੇ ਉੱਭਰਦੇ ਹੋਏ ਸਿਤਾਰੇ ਸ਼ਰਨ ਕੌਰ ਦੇ ਬਾਰੇ ਜਦੋਂ ਬਾਦਸ਼ਾਹ ਤੇ ਤਖਤ ਦੀਆਂ ਚੂਲਾਂ ਹਿਲਦੀਆਂ ਨੇ ਨਾ इस फिल्म दे राही तुसी उन्हां नूं एक्शन जगत विच पैर रखते हुए देखोगे फिल्म दे विच चाहे बंदूक चलाना होए चार मुंडियां नाल इक्को बारी भिड़ना होए या फिर कुड़ियां दे हक लई लड़ना होए She is definitely going to make an impact over the audience after this film. ਉਹਨਾਂ ਦਾ ਇਹ ਕਿਰਦਾਰ ਨਾ ਸਿਰਫ ਕੁੜੀਆਂ ਨੂੰ ਇਨਫਲੂਐਂਸ ਕਰੇਗਾ ਬਲਕਿ ਬਹੁਤ ਸਾਰੇ ਸਟੀਰੀਓਟਾਈਪਸ ਨੂੰ ਵੀ ਤੋੜੇਗਾ। ਉਹਨਾਂ ਦੀਆਂ ਕਮਾਲ ਦੀਆਂ ਐਕਟਿੰਗ ਸਕਿੱਲਸ, ਐਕਸਪ੍ਰੈਸ਼ਨਸ ਤੇ ਡਾਇਲੌਗ ਡਿਲੀਵਰੀ ਇਸ ਫਿਲਮ ਵਿੱਚ ਤੁਹਾਨੂੰ ਇੱਕ ਵੱਖਰੇ ਤਰੀਕੇ ਨਾਲ ਨਜ਼ਰ ਆਉਣਗੇ ਜਿਹਦੇ ਨਾਲ ਕਿ ਉਹਨਾਂ ਦੇ ਕਰੀਅਰ ਵਾਸਤੇ ਇੱਕ ਵੱਡਾ ਟਰਨਿੰਗ ਪੁਆਇੰਟ ਸਾਬਿਤ ਹੋਏਗਾ ਔਰ ਮੈਨੂੰ ਲੱਗਦਾ ਇਸ ਫਿਲਮ ਦੇ ਕਨਸੈਪਟ ਨੂੰ ਚੁਣਨਾ ਉਹਨਾਂ ਦੇ ਕਰੀਅਰ ਦੇ ਵਿੱਚ ਇੱਕ ਪੋਜ਼ਿਟਿਵ ਉਛਾਲ ਲੈ ਕੇ ਆਏਗਾ। ਸੋ ਵੈਨ ਆਈ ਸੇ ਕੰਟੈਂਟ ਇਜ਼ ਦ ਕਿੰਗ ਹੇਅਰ ਇਨ ਚਿੜੀਆਂ ਦਾ ਚੰਬਾ, ਯੂ ਵਿਲ ਟ੍ਰਸਟ ਮੀ ਆਫਟਰ ਵਾਚਿੰਗ ਦ ਫਿਲਮ। ਸੋ 13 ਅਕਤੂਬਰ 2023 ਨੂੰ ਜਾ ਕੇ ਦੇਖਣਾ ਨਾ ਭੁੱਲਿਓ ਚਿੜੀਆਂ ਦਾ ਚੰਬਾ ਇਨ ਯੋਰ ਨੀਅਰ ਬਾਈ ਸਿਨੇਮਾਜ਼।